ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਤਲਵੰਡੀ ਪਾਈ ਫਿਰੋਜ਼ਪੁਰ ਜ਼ਿਲ੍ਹੇ ਦਾ ਇਹ ਸ਼ਹਿਰ ਆ ਦੋਸਤੋ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਣੇ ਆ ਤਾਂ ਹਾਈਵੇ ਦੇ ਉੱਤੇ ਆਉਂਦਾ ਸੋ ਤਲਵੰਡੀ ਪਾਈ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾਉਣੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਦੋ ਨਗ ਵਿਕਾਊ ਆ ਜਿਹਦੇ ਚ ਇੱਕ ਬਹੁਤ ਸੋਹਣੀ ਜਰਸੀ ਵੱਚੀ ਪਿਓਰ ਜਰਸੀ ਛੋਟੀ ਉਮਰ ਦੀ ਐ ਗੱਬਣ ਐ ਤੇ ਚੰਗਾ ਥਾਣ ਹਵਾਨਾ ਦਿਸਦਾ ਮੈਨੂੰ ਖਾਸ ਚੀਜ਼ ਇਹ ਲੱਗੀ ਵੀ ਇਹਦੇ ਥਾਣਾ ਦੇ ਵਿੱਚ ਵਿੱਥੀ ਬੜੀ ਸੋਹਣੀ ਐ ਅਗਲੇ ਪਿਛਲੇ ਥਾਣਾ ਚ ਤੁਸੀਂ ਵਿੱਥੀ ਦੇਖੋਗੇ ਪਿਛਲੇ ਥਾਣਾ ਦੀ ਆਪ ਸਵਿੱਚ ਵਿੱਥੀ ਚੰਗੇ ਢਾਂਚੇ ਦੀ ਐ ਤੇ ਇੱਕ ਨਾਲ ਮੱਝ ਐ ਸੋ ਨਗ ਦੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਪਸ਼ੂ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲ ਜੀਏ ਕਲਦੀਪ ਬਾਈ ਨੂੰ ਤੇ ਕਰਦੇ ਆ ਗੱਲਾਂ ਬਾਤਾਂ ਪਹਿਲਾਂ ਮੱਝ ਦਿਖਾ ਦਈਏ ਜਰਸੀ ਬਾਰੇ ਫੇਰ ਜਾਣਕਾਰੀ ਲੈਣੇ ਆ ਕਲਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਲਦੀਪ ਅੱਜ ਦੋ ਨਾਗ ਆਪਣੇ ਕੋਲ ਹਾਂਜੀ ਮੱਝ ਕਿੰਨਾ ਵਸੂਆ ਬਾਈ ਇਹ ਦੂਜਾ ਸੂਆ ਮੈਂ ਬਾਈ ਕਿੰਨਾ ਚਿਰ ਲਊ ਸੌਣ ਚ ਇਹ 20 ਤਰੀਕ ਨੂੰ ਪੂਰੇ ਬਾਈ ਇਹ 20 ਤਰੀਕ ਨੂੰ ਹਾਂਜੀ ਅੱਜ 9 ਤਰੀਕ ਹੈ 11 ਦਿਨ ਪਏ ਆ 11 ਦਿਨ ਪਏ ਆ ਕੀ ਰੇਟ ਰਹਿਣਾ ਬਾਈ ਇਹ ਦਾ 90 ਹਜ਼ਾਰ ਮਲਕਾ ਤੇ 90 ਹਜ਼ਾਰ ਅੱਛਾ ਇੱਕ ਚੀਜ਼ ਪਹਿਲਾਂ ਹੀ ਕਨਫਰਮ ਕਰ ਲਈਏ ਪਿੱਛੋਂ ਥੋੜੀ ਢਿੱਲੀ ਜੀ ਦਿਸਦੀ ਹੈ ਇਹ ਸੂਈ ਦੀ ਪ੍ਰੋਬਲਮ ਆ ਉਹ ਭਾਰਪੂਰ ਦੀ ਕੋਈ ਸ਼ਿਕਾਇਤ ਨਹੀਂ ਉਧਾਂ ਦੀ ਕੋਈ ਦਿੱਕਤ ਨਹੀਂ ਨਾ ਕੋਈ ਠੀਕ ਹੈ ਓਕੇ ਖੋਲੀ ਭਾਈ ਸੋ ਦੋਸਤੋ 90 ਹਜ਼ਾਰ ਰੇਟ ਹੈ ਲੈ ਲੈਂਦੀ ਹੈ ਹਜੇ ਸੂਨ ਦੇ ਵਿੱਚ 11 ਦਿਨ ਪਏ ਆ ਦਿਨ ਪੂਰੇ ਹੋਣ ਚ ਪੂਛੇ ਦੀ ਟੁੱਟੀ ਵੀ ਹੈ ਸੋ ਪੂਛ ਥੋੜੀ ਟੁੱਟੀ ਹੈ ਵਜਨ ਮੱਝ ਦਾ ਚੰਗਾ ਹੈ ਪਿੱਛੋਂ ਥੋੜੀ ਢਿੱਲੀ ਦਿਸਦੀ ਸੀ ਇਸ ਕਰਕੇ ਮੈਂ ਬਾਈ ਤੋਂ ਇਹ ਕਨਫਰਮ ਕੀਤਾ ਸੀ ਵੀ ਕਈ ਵਾਰ ਕੋਈ ਪਸ਼ੂ ਪਿੱਛਾ ਭਾਰਾ ਰੱਖਦਾ ਹੁੰਦਾ ਬਾਕੀ ਆ ਕੇ ਤੁਸੀਂ ਇਹਨੂੰ ਦੇਖ ਲਓਗੇ ਦੋਸਤੋ ਤਸੱਲੀ ਤੁਸੀਂ ਕਰ ਸਕਦੇ ਹੋ ਤੁਸੀਂ ਪੈਸੇ ਲਾਉਣੇ ਆਪਣੀ ਗਰੰਟੀ ਹੈ ਠੀਕ ਹੈ ਬਾਈ ਕਹਿੰਦਾ ਮੇਰੇ ਵੱਲੋਂ ਗਰੰਟੀ ਹੈ ਪਰ ਤੁਸੀਂ ਫਾਈਨਲ ਆਪ ਦੇ ਵੱਲੋਂ ਕਰ ਲਿਓ ਜੇ ਹਵਾਨਾ ਪੂਰਾ ਸਪੇਸ ਹੈ ਜੇ ਦਿਸਦੀ ਹੈ ਦੋਸਤੋ ਅਜੇ ਢਿੱਲਾ ਹਵਾਨਾ ਦਿਸਦਾ ਹੈ ਹਵਾਨਾ ਬਣਾਉਂਦੀ ਬਹੁਤ ਆ ਬਾਈ ਠੀਕ ਹੈ ਹਵਾਨਾ ਬਾਈ ਕਹਿੰਦਾ ਵੀ ਬਹੁਤ ਬਣਾਉਗੀ ਡਿਮਾਂਡ ਦੋਸਤੋ 90000 ਹੈ ਇੱਕ ਨਗੀਨਾ ਹੀ ਦਿਖਾਉਣਾ ਤੁਹਾਨੂੰ ਜਰਸੀ ਬਰੀਡ ਦਾ ਜਰਸੀ نسل ਦੀ ਬੱਛੀ ਕਲਦੀਪ ਭਾਈ ਕਨਵਾਸੂ ਆ ਇਹ ਪਹਿਲੇ ਸੂਏ ਬੱਛੀ ਆ ਬਸ 17 ਮਹੀਨਾ ਦੀ ਐ ਫੇਤਾ ਖੀਰੀ ਐ ਦੰਦੋ ਠੀਕ ਖੀਰੀ ਐ ਕੱਚੀ ਖੀਰੀ ਐ ਭਾਈ ਕਿੰਨੇ ਦਿਨ ਲਾਊਗੀ ਇਹਦੇ 20 ਤਰੀਕ ਨੂੰ ਪੂਰੇ ਭਾਈ 20 ਤਰੀਕ ਨੂੰ ਇਹਦੇ ਵੀ 11 ਦਿਨ ਪਈ ਐ ਹਾਂਜੀ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਫੋਨ ਤੇ ਕਰ ਲਾਂਗੇ ਇਹ ਖੋਲੀਏ ਇਨਸਾਨ ਸੋ ਦਸਤੋ ਰੇਟ ਫੋਨ ਤੇ ਭਾਈ ਪੂਸ਼ਪੜੀ ਮੜੀ ਜੀ ਦੀ ਸੋ ਬੱਛੀ ਦੇ ਪਹਿਲਾਂ ਤੁਸੀਂ ਥਾਣਾ ਚ ਬਿੱਥੀ ਦੇਖਿਓ ਦੋਸਤੋ ਛੱਡ ਦੇ ਭਾਈ ਅੱਥ ਨੱਕ ਤੁਸੀਂ ਹਵਾਨਾ ਦੇਖ ਲਓ ਬਹੁਤ ਬਣਾਉਣਾ ਹਵਾਨਾ ਭਰੂ ਬਿੱਥੀ ਥਣਾ ਚ ਪਿੱਛੋਂ ਦੇਖ ਸਕਦੇ ਹੋ ਅਗਲੇ ਥਣਾ ਚ ਬਿੱਥੀ ਦੇਖ ਸਕਦੇ ਹੋ ਖੋਲੀ ਭਾਈ ਰੇਟ ਇਹਦਾ ਫੋਨ ਤੇ ਰਹਿਣਾ 17 ਕਿ ਮਹੀਨੇ ਬਾਈ ਕਹਿੰਦਾ ਉਮਰ ਆ ਤੇ ਦੰਦੋ ਖੀਰੀ ਹੈ ਇਹ ਫਾਰਮ ਤੋਂ ਲਈ ਆ ਫਾਰਮ ਦੇ ਕੋ ਸਾਰਾ ਕਲਕਸ਼ਨ ਹੈਗੀ ਆ ਤੇ ਫਾਰਮ ਵਾਲੇ ਬੰਦੇ ਨਾਲ ਗੱਲ ਕਰਾਉਣੀ ਚਾਹ ਰੇ ਸਾਰਾ ਰਿਕਾਰਡ ਦੱਸ ਦਾਂਗੇ ਓਕੇ ਸੋ ਫਾਰਮ ਤੋਂ ਬਾਈ ਕਹਿੰਦਾ ਲਈ ਆ ਤੇ ਫਾਰਮ ਵਾਲੇ ਬਾਈ ਨਾਲ ਤੁਹਾਡੀ ਗੱਲ ਵੀ ਕਰਾ ਦੇਾਂਗੇ ਇਹ ਸਿਰੇ ਤੁਰਦੀ ਵੀ ਨਹੀਂ ਗਏ ਠੀਕ ਹੈ ਇਹ ਖੁੱਲ ਹੀ ਰਹਿੰਦੀ ਹੈ ਸੋ ਫੇਸ ਇਹਦਾ ਤੁਸੀਂ ਦੇਖ ਸਕਦੇ ਆ ਦੱਸੋ ਰੰਗ ਬਹੁਤ ਸੋਹਣਾ ਬੱਛੀ ਦਾ ਪਿਓਰ ਜਰਸੀ ਨਸਲ ਤੇ ਬਹੁਤ ਸੋਹਣਾ ਹਵਾਨਾ ਇਹਦਾ ਤੁਹਾਨੂੰ ਨਜ਼ਰ ਆਊਗਾ ਥਾਣਾ ਚ ਬਿੱਥੀ ਬੜੀ ਚੰਗੀ ਐ ਇਹਦੇ ਬਾਕੀ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਸੋ ਜੀ ਨੂੰ ਜੱਜੇ ਫੇਸ ਦੀ ਬਿਊਟੀ ਇਹਦੀ ਦੇਖ ਲਓ ਜੇ ਥਲਿਆਰੇ ਦੀ ਹਲਕਤ ਮਣਾਉਂਦੀ ਐ ਬਾਈ ਕਹਿੰਦਾ ਵੀ ਖੁੱਲੀ ਫਿਰਦੀ ਆਈ ਐ ਤੇ ਫਾਰਮ ਦੀ ਵੀਰ ਕਹਿੰਦਾ ਵੀ ਡਿਟੇਲ ਵੀ ਦੇ ਦੇਾਂਗੇ ਤੇ ਉਹਨਾਂ ਨਾਲ ਗੱਲ ਵੀ ਕਰਾ ਦੇਾਂਗੇ ਵਸੀਮਨ ਲੱਗਾ ਕਿਹੜਾ ਜਾਂ ਇਹ ਆਪ ਕਿਹੜੇ ਸੀਮਨ ਦੀ ਐ ਸੋ ਇਹ ਵੜ ਦੋਸਤੋ ਜਰਸੀ ਨਸਲ ਦੀ ਤੇ ਇਹ ਤੋਂ ਬਿਨਾ ਇੱਕ ਮੱਝ ਦੋ ਨਗ ਅਜ ਦੀ ਵੀਡੀਓ ਚ ਵਿਕਰੀ ਵਾਲੇ ਤੁਸੀਂ ਆਪਦੀ ਸਮਝ ਨਾਲ ਆਪਦੀ ਪਸੰਦ ਦਾ ਪਸ਼ੂ ਖਰੀਦ ਲਓ ਜੇ ਨੰਬਰ 2210 ਸਕਰੀਨ ਉੱਤੇ ਚੱਲੀ ਜਾਂਦਾ ਸੋ ਓਕੇ ਭਾਈ ਸੋ ਦੋਸਤੋ ਇਹਦੇ ਇਹ ਫੇਸ ਦੀ ਬਣਾਵਟ ਦੇਖ ਲਓ ਪਿਓਰ ਜਰਸੀ ਨਸਲ ਆ ਸੋਹਣੇ ਟਾਂਚੇ ਦੀ ਐ ਸੋਹਣਾ ਸਟਰਕਚਰ ਤੇ ਸੋਹਣਾ ਥਣ ਤੇ ਹਵਾਨਾ ਆਸ ਇਹੀ ਆ ਵੀ ਚੰਗਾ ਦੁੱਧ ਦੇਊਗੀ ਇਹ ਤੋਂ ਬਿਨਾ ਇੱਕ ਇੱਧਰ ਮੱਝ ਖੜੀ ਐ ਸੋ ਦੋਨਾਂ ਗੇ ਤੁਹਾਨੂੰ ਵੀਡੀਓ ਚ ਦਿਖਾਏ ਆ ਤੁਸੀਂ ਇਹਨਾਂ ਚੋਂ ਜਿਹੜਾ ਪਸ਼ੂ ਜੱਜਦਾ ਉਹਦੀ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲ ਰਿਹਾ ਹੈ ਧੰਨਵਾਦ